ਵੈਲਕਮ ਹੈ ਦੋਸਤੋ ਤੁਹਾਡਾ ਸਾਡੇ ਚੈਨਲ ਮਾਲਾ ਮਣਕੇ ਉੱਤੇ। ਕਿਤਾਬ ਬੁਨਿਆਦਾਂ, ਲੇਖਕ ਨਰਿੰਦਰ ਸਿੰਘ ਕਪੂਰ। ਲੇਖ ਔਖਾ ਕੰਮ ਅਤੇ ਸੌਖਾ ਕੰਮ। ਕੰਮ ਉਹ ਹੁੰਦਾ ਹੈ ਜਿਸ ਦਾ ਔਖਾ ਸੌਖਾ ਹੋਣਾ ਉਸ ਨੂੰ ਕਰਨ ਵਾਲੇ ਦੀ ਲੋੜ, ਦਿਲਚਸਪੀ ਅਤੇ ਤਿਆਰੀ 'ਤੇ ਨਿਰਭਰ ਕਰਦਾ ਹੈ। ਸਫਲ ਵਿਅਕਤੀ ਔਖਾ ਕੰਮ ਪਹਿਲਾਂ ਕਰਦੇ ਹਨ, ਅਸਫਲ ਵਿਅਕਤੀ ਔਖਾ ਕੰਮ ਕਰਦੇ ਹੀ ਨਹੀਂ। ਸੌਖਾ ਕੰਮ ਹਰ ਕੋਈ ਕਰ ਸਕਦਾ ਹੈ, ਔਖਾ ਕੰਮ ਕਰਨ ਵਾਲੇ ਨੂੰ ਮਾਹਿਰ ਕਿਹਾ ਜਾਂਦਾ ਹੈ। ਸਾਰੇ ਮਹੱਤਵਪੂਰਨ ਕੰਮ ਔਖੇ ਹੁੰਦੇ ਹਨ, ਔਖੇ ਕੰਮਾਂ ਦਾ ਹੀ ਮਹੱਤਵ ਹੁੰਦਾ ਹੈ, ਇਹਨਾਂ ਦਾ ਹੀ ਮੁੱਲ ਪੈਂਦਾ ਹੈ ਅਤੇ ਕਦਰ ਹੁੰਦੀ ਹੈ। ਹਰ ਨਵਾਂ ਕੰਮ ਜਾਂ ਪਹਿਲੀ ਵਾਰ ਕੀਤਾ ਜਾਣ ਵਾਲਾ ਹਰੇਕ ਕੰਮ ਔਖਾ ਅਤੇ ਮੁਸ਼ਕਲ ਹੁੰਦਾ ਹੈ। ਔਖੇ ਕੰਮ ਨੂੰ ਕਰਨ ਲਈ ਸੋਚਣਾ ਵਧੇਰੇ ਪੈਂਦਾ ਹੈ, ਮੁਸ਼ਕਲ ਕੰਮ ਨੂੰ ਵਕਤ ਵਧੇਰੇ ਲੱਗਦਾ ਹੈ। ਜਦੋਂ ਕੋਈ ਕੰਮ 3 ਵਾਰ ਕਰ ਲਿਆ ਜਾਵੇ ਤਾਂ ਸਾਰੀਆਂ ਮੁਸ਼ਕਲਾਂ ਵਿੱਚੋਂ ਲੰਘਣ ਕਾਰਨ ਉਹ ਸੌਖਾ ਹੋ ਜਾਂਦਾ ਹੈ। ਸੌਖੇ ਕੰਮ ਕਰਨ ਵਾਲੇ ਨੂੰ ਔਖਾ ਕੰਮ ਦਿਓ, ਉਹ ਉਸ ਨੂੰ ਸਮਝਣ ਜਾਂ ਕਰਨ ਦਾ ਯਤਨ ਨਹੀਂ ਕਰੇਗਾ, ਬਹਾਨੇ ਲਾਵੇਗਾ, ਮੁਲਤਵੀ ਕਰੇਗਾ ਅਤੇ ਗੈਰ ਹਾਜ਼ਰ ਹੋ ਜਾਵੇਗਾ। ਮਾਹਰ ਬਹਾਨੇ ਨਹੀਂ ਲਾਉਂਦੇ, ਉਹ ਥੋੜ੍ਹੇ ਚਿਰ ਵਿੱਚ ਵਧੇਰੇ ਕੰਮ ਕਰਕੇ ਖੁਸ਼ਹਾਲ ਹੋ ਜਾਂਦੇ ਹਨ। ਕੰਮ ਹਮੇਸ਼ਾ ਵਧੇਰੇ ਹੁੰਦੇ ਹਨ, ਉਹਨਾਂ ਨੂੰ ਕਰਨ ਲਈ ਸਮਾਂ ਹਰ ਵਾਰੀ ਘੱਟ ਹੁੰਦਾ ਹੈ। ਸਫਲ ਵਿਅਕਤੀ ਮਹੱਤਵਪੂਰਨ ਕੰਮ ਨੂੰ ਮਹੱਤਵ ਦਿੰਦੇ ਹਨ, ਦੂਜੇ ਸੌਖੇ ਕੰਮ ਕਰਦਿਆਂ ਹੀ ਸਮਾਂ ਲੰਘਾ ਦਿੰਦੇ ਹਨ, ਕਈ ਸੌਖੇ ਕੰਮਾਂ ਨੂੰ ਵੀ ਬੜੇ ਔਖੇ ਬਣਾ ਲੈਂਦੇ ਹਨ। ਤੁਸੀਂ ਆਪ ਮਹੱਤਵਪੂਰਨ ਕੰਮਾਂ ਦੀ ਸੂਚੀ ਬਣਾਓ, ਜਿਹੜੇ ਕੰਮ ਸਭ ਤੋਂ ਵੱਧ ਮਹੱਤਵਪੂਰਨ ਹੋਣਗੇ ਉਹ ਔਖੇ ਹੋਣਗੇ। ਕਿਸੇ ਔਖੇ ਕੋਰਸ ਵਿੱਚ ਦਾਖਲਾ ਲਓਗੇ ਤਾਂ ਜ਼ਿੰਦਗੀ ਸੌਖੀ ਹੋ ਜਾਵੇਗੀ, ਸੌਖੇ ਕੋਰਸ ਕਰੋਗੇ ਤਾਂ ਬੇਰੁਜ਼ਗਾਰਾਂ ਦੀ ਭੀੜ ਵਿੱਚ ਗਵਾਚ ਜਾਓਗੇ। ਜਿਹੜੇ ਪੜ੍ਹਾਈ ਛੱਡ ਦਿੰਦੇ ਹਨ ਉਹਨਾਂ ਦੀ ਜ਼ਿੰਦਗੀ ਰੁਕੀ ਹੋਈ ਹੁੰਦੀ ਹੈ, ਉਹਨਾਂ ਨੇ ਪੜ੍ਹਾਈ ਦੀ ਔਖ ਹੀ ਵੇਖੀ ਹੁੰਦੀ ਹੈ, ਨਿਕਲਣ ਵਾਲੇ ਚੰਗੇ ਨਤੀਜੇ ਉਹਨਾਂ ਨੂੰ ਦਿਸਦੇ ਨਹੀਂ। ਪੜ੍ਹਾਈ ਅਧੂਰੀ ਛੱਡਣ ਵਾਲੇ ਬਾਕੀ ਜ਼ਿੰਦਗੀ ਵਿੱਚ ਵੀ ਕੋਈ ਕੰਮ ਪੂਰਾ ਨਹੀਂ ਕਰਦੇ, ਕੰਮ ਅਧੂਰਾ ਛੱਡਣ ਵਾਲੇ ਨੌਕਰ ਹੀ ਰਹਿੰਦੇ ਹਨ, ਕੰਮ ਪੂਰਾ ਕਰਨ ਵਾਲੇ ਕੰਪਨੀਆਂ ਅਤੇ ਕਾਰਖਾਨਿਆਂ ਦੇ ਮਾਲਕ ਬਣ ਜਾਂਦੇ ਹਨ। ਮਾਪੇ, ਪਰਿਵਾਰ ਅਤੇ ਸਮਾਜ ਸਾਨੂੰ ਮਿਹਨਤ ਕਰਨ ਲਈ ਅਵਸਰ ਹੀ ਦੇ ਸਕਦੇ ਹਨ, ਔਖੇ ਸੌਖੇ ਅਤੇ ਸਫਲ ਅਸਫਲ ਅਸੀਂ ਆਪ ਹੋਣਾ ਹੁੰਦਾ ਹੈ। ਕੁਝ ਵੀ ਅਜਿਹਾ ਨਹੀਂ ਜਿਹੜਾ ਯਤਨ ਕਰਕੇ ਸਿੱਖਿਆ ਨਹੀਂ ਜਾ ਸਕਦਾ ਜਾਂ ਜਿਸ ਦਾ ਅਭਿਆਸ ਕਰਨ ਨਾਲ ਮਾਹਰ ਨਹੀਂ ਬਣਿਆ ਜਾ ਸਕਦਾ। ਮੁੱਢ ਵਿੱਚ ਸਭ ਕੁਝ ਔਖਾ ਹੁੰਦਾ ਹੈ, ਪਰ ਅਭਿਆਸ ਨਾਲ ਆ ਮੁਹਾਰੇ ਤਬਲਾ ਵਜਾਉਣ ਵਾਂਗ, ਹੱਥ ਛੱਡ ਕੇ ਸਾਈਕਲ ਚਲਾਉਣ ਵਾਂਗ ਸਭ ਕੁਝ ਸੌਖਾ ਹੋ ਜਾਂਦਾ ਹੈ। ਖੇਤਰ ਕੋਈ ਹੋਵੇ, ਕੁਝ ਕਰਨ ਤੋਂ ਪਹਿਲਾਂ ਵੇਖਣਾ ਪੈਂਦਾ ਹੈ ਕਿ ਕੰਮ ਕੀ ਹੈ, ਸੰਦ ਸਾਧਨ ਕਿਹੜੇ ਹਨ, ਸਮਾਂ ਕਿਤਨਾ ਹੈ ਅਤੇ ਰੁਕਾਵਟਾਂ ਕੀ ਹਨ। ਸਹੀ ਫੈਸਲਾ ਤਾਂ ਹੀ ਸੰਭਵ ਹੋਵੇਗਾ ਜੇ ਜ਼ਿੰਮੇਵਾਰੀ ਚੁੱਕੋਗੇ ਅਤੇ ਜੇ ਸੋਚ ਸਪੱਸ਼ਟ ਹੋਵੇਗੀ। ਸਪੱਸ਼ਟ ਸੋਚ ਔਖੇ ਕਾਰਜ ਕਰਨ ਨਾਲ ਉਪਜਦੀ ਹੈ, ਕਿਉਂਕਿ ਔਖੇ ਕੰਮਾਂ ਵਿੱਚ ਗਲਤੀਆਂ ਵਧੇਰੇ ਹੁੰਦੀਆਂ ਹਨ ਜਿਹੜੀਆਂ ਸਬਕ ਬਣ ਜਾਂਦੀਆਂ ਹਨ। ਔਖੇ ਕੰਮਾਂ ਵਿੱਚ ਸਿੱਖਣ ਅਤੇ ਪ੍ਰਯੋਗ ਕਰਨ ਵਾਲਾ ਬਹੁਤ ਕੁਝ ਹੁੰਦਾ ਹੈ, ਸੌਖੇ ਕੰਮਾਂ ਵਿੱਚ ਦੁਹਰਾਓ ਹੀ ਹੁੰਦਾ ਹੈ। ਇਹੀ ਇੱਕ ਕੰਮ ਇੱਕ ਹੀ ਢੰਗ ਨਾਲ ਬਾਰ ਬਾਰ ਕਰਨ ਨਾਲ ਤਜਰਬਾ ਨਹੀਂ ਵੱਧਦਾ, ਸੋਚ ਖੁੰਡੀ ਹੁੰਦੀ ਹੈ। ਪੜ੍ਹਾਈ ਲਿਖਾਈ ਦਾ ਉਦੇਸ਼ ਵਿਦਿਆਰਥੀਆਂ ਨੂੰ ਔਖੇ ਅਤੇ ਨਵੇਂ ਕੰਮ ਕਰਨ ਦੇ ਯੋਗ ਬਣਾਉਂਦਾ ਹੈ। ਪੜ੍ਹਾਈ ਸਾਡੇ ਵਿੱਚ ਕਿਸੇ ਸਮੱਸਿਆ ਦੇ ਸਾਰੇ ਪੱਖ ਵਿਚਾਰ ਕੇ ਫੈਸਲਾ ਕਰਨ ਦੀ ਯੋਗਤਾ ਉਪਜਾਉਂਦੀ ਹੈ ਅਤੇ ਵਿਉਂਤ ਬਣਾਉਣ ਦਾ ਹੁਨਰ ਸਿਖਾਉਂਦੀ ਹੈ, ਜਿਨ੍ਹਾਂ ਕਰਕੇ ਅਸੀਂ ਦੁਚਿੱਤੀਆਂ ਅਤੇ ਸੰਸਿਆ ਤੋਂ ਮੁਕਤ ਹੋ ਕੇ ਇਕਾਗਰ ਮਨ ਅਤੇ ਸਵੈ ਵਿਸ਼ਵਾਸ ਨਾਲ ਔਖੇ ਕੰਮਾਂ ਨੂੰ ਹੱਥ ਪਾਉਂਦੇ ਹਾਂ ਅਤੇ ਲਾਭਕਾਰੀ ਨਤੀਜੇ ਸਿਰਜਦੇ ਹਾਂ। ਜਿਨ੍ਹਾਂ ਦਾ ਮਨ ਇਕਾਗਰ ਨਹੀਂ ਹੁੰਦਾ ਉਹ ਕਦੀ ਇਹ ਕਰਨ ਲੱਗ ਜਾਂਦੇ ਹਨ ਅਤੇ ਕਦੀ ਉਹ ਕਰਨ ਲੱਗ ਪੈਂਦੇ ਹਨ ਅਤੇ ਇਵੇਂ ਆਪਣੀ ਸਾਰੀ ਊਰਜਾ ਅਤੇ ਸਮਾਂ ਵਿਅਰਥ ਗਵਾ ਦਿੰਦੇ ਹਨ।
ਹਰ ਕਿਸੇ ਦਾ ਸਰੀਰ ਉਤਨੀ ਸ਼ਕਤੀ ਹੀ ਉਪਜਾਉਂਦਾ ਹੈ ਜਿਤਨੀ ਸ਼ਕਤੀ ਹੱਥ ਵਿੱਚ ਲਾਏ ਕੰਮ ਨੂੰ ਕਰਨ ਲਈ ਵਰਤਣ ਦੀ ਲੋੜ ਪੈਂਦੀ ਹੈ। ਸਪਸ਼ਟ ਸੋਚ ਵਾਲੇ ਵਿਅਕਤੀ ਆਪਣੇ ਫੈਸਲਿਆਂ ਨੂੰ ਲਿਖ ਲੈਂਦੇ ਹਨ। ਲਿਖਤੀ ਫੈਸਲਿਆਂ, ਉਦੇਸ਼ਾਂ ਅਤੇ ਨਿਸ਼ਾਨਿਆਂ ਦੀ ਤਾਕਤ ਵਧੇਰੇ ਹੁੰਦੀ ਹੈ। ਇਹ ਫੈਸਲੇ ਵਿਉਂਤਾਂ ਦਾ ਆਧਾਰ ਅਤੇ ਕਾਰਜਾਂ ਲਈ ਪ੍ਰੇਰਣਾ ਬਣਦੇ ਹਨ। ਜੇ ਵਿਉਂਤ ਵਿਗਿਆਨਕ ਹੋਵੇ ਤਾਂ ਸਫਲਤਾ ਹੀ ਮਿਲਦੀ ਹੈ। ਦਿਨਾਂ, ਮਹੀਨਿਆਂ, ਸਾਲਾਂ ਦੇ ਨਿਸ਼ਾਨੇ ਅਤੇ ਟਾਈਮ ਟੇਬਲ ਮਿੱਥਣ ਨਾਲ ਭਵਿੱਖ ਸਾਡੀ ਪਕੜ ਵਿੱਚ ਆ ਜਾਂਦਾ ਹੈ। ਆਪਣੇ ਨਿਸ਼ਾਨੇ ਮਿੱਥਣ ਨਾਲ ਅਸੀਂ ਉਹਨਾਂ ਨੂੰ ਪੂਰਾ ਕਰਨ ਦੇ ਪੱਖੋਂ ਸਪਸ਼ਟ ਹੋ ਜਾਂਦੇ ਹਾਂ। ਵਿਉਂਤਬੰਦੀ ਲਈ ਥੋੜ੍ਹਾ ਜਿਹਾ ਸਮਾਂ ਹੀ ਲੱਗਦਾ ਹੈ, ਪਰ ਇਸ ਨਾਲ ਬਹੁਤ ਵਕਤ, ਖਰਚ ਅਤੇ ਊਰਜਾ ਬਚਦੀ ਹੈ। ਵਿਉਂਤ ਤੋਂ ਬਿਨਾਂ ਨਾ ਕੰਮ ਆਰੰਭ ਹੁੰਦੇ ਹਨ, ਨਾ ਹੀ ਮੁੱਕਦੇ ਹਨ। ਵਿਉਂਤ ਅਨੁਸਾਰ ਕੰਮ ਨਿਪਟਣ ਅਤੇ ਨਿਪਟਾਉਣ ਨਾਲ ਸਾਡੀ ਸਮਰੱਥਾ, ਆਤਮ ਵਿਸ਼ਵਾਸ ਅਤੇ ਸਵੈ ਕਾਬੂ ਵੱਧ ਜਾਂਦੇ ਹਨ। ਜੀਵਨ ਵਿੱਚ ਲਗਭਗ 20% ਕੰਮ ਹੀ ਮਹੱਤਵਪੂਰਨ ਹੁੰਦੇ ਹਨ, ਪਰ ਇਹ 80% ਨਤੀਜੇ ਸਿਰਜਦੇ ਹਨ ਅਤੇ ਲਾਭ ਉਪਜਾਉਂਦੇ ਹਨ। ਕਈ ਵਿਅਕਤੀ ਦਿਨ ਭਰ ਰੁੱਝੇ ਰਹਿੰਦੇ ਹਨ ਪਰ ਪ੍ਰਾਪਤੀ ਕੋਈ ਨਹੀਂ ਹੁੰਦੀ, ਕਿਉਂਕਿ ਉਹਨਾਂ ਨੇ ਕੰਮ ਵਿਉਂਤਿਆ ਨਹੀਂ ਹੁੰਦਾ, ਜਿਸ ਕਾਰਨ ਚੱਪੂਆਂ ਤੋਂ ਬਿਨਾਂ ਬੇੜੀ ਵਾਂਗ ਉਹ ਜਿੱਥੇ ਹੁੰਦੇ ਹਨ ਉੱਥੇ ਹੀ ਘੁੰਮਦੇ ਰਹਿੰਦੇ ਹਨ। ਕਿਸੇ ਕੰਮ ਦਾ ਸਭ ਤੋਂ ਮੁੱਲਵਾਨ ਭਾਗ ਔਖਾ ਹੀ ਹੁੰਦਾ ਹੈ। ਦਿਲ ਜਾਂ ਦਿਮਾਗ ਦਾ ਆਪਰੇਸ਼ਨ ਕਰਨਾ ਬੜਾ ਔਖਾ ਹੁੰਦਾ ਹੈ, ਪਰ ਇਸ ਦੇ ਸਿੱਟੇ ਅਤੇ ਮਾਇਕ ਇਨਾਮ ਬੜੇ ਮਹੱਤਵਪੂਰਨ ਹੁੰਦੇ ਹਨ। ਕਈ ਥਾਵਾਂ 'ਤੇ, ਵਿਸ਼ੇਸ਼ ਕਰਕੇ ਪਿੰਡਾਂ ਦੇ ਵਿਦਿਆਰਥੀ ਮਹੱਤਵਪੂਰਨ ਵਿਸ਼ਿਆਂ ਨੂੰ ਪਹਿਲਾਂ ਹੀ ਔਖੇ ਐਲਾਨ ਕੇ ਸੌਖੇ ਵਿਸ਼ੇ ਚੁਣ ਲੈਂਦੇ ਹਨ। ਇਹ ਲੜਨ ਤੋਂ ਪਹਿਲਾਂ ਹੀ ਹਾਰ ਮੰਨਣ ਵਾਲੀ ਗੱਲ ਹੁੰਦੀ ਹੈ। ਡਿਗਰੀ ਮਿਲ ਜਾਂਦੀ ਹੈ ਪਰ ਸੌਖੇ ਵਿਸ਼ਿਆਂ ਵਾਲੀ ਹੋਣ ਕਰਕੇ ਅਜਿਹੀ ਡਿਗਰੀ ਦਾ ਕੋਈ ਮੁੱਲ ਨਹੀਂ ਪੈਂਦਾ। ਨਿੱਕੇ ਅਤੇ ਸੌਖੇ ਕੰਮਾਂ ਨੂੰ ਪਹਿਲਾਂ ਕਰਨ ਦਾ ਹਰ ਕਿਸੇ ਨੂੰ ਲਾਲਚ ਹੁੰਦਾ ਹੈ, ਪਰ ਇਵੇਂ ਵੱਡੇ ਅਤੇ ਔਖੇ ਕੰਮਾਂ ਨੂੰ ਟਾਲਣ ਦੀ ਆਦਤ ਪੈ ਜਾਂਦੀ ਹੈ ਅਤੇ ਹੌਲੀ ਹੌਲੀ ਔਖੇ ਕੰਮਾਂ ਤੋਂ ਡਰ ਲੱਗਣ ਲੱਗ ਪੈਂਦਾ ਹੈ। ਸਮੇਂ ਨੇ ਗੁਜ਼ਰ ਹੀ ਜਾਣਾ ਹੁੰਦਾ ਹੈ, ਵਿਹਲਿਆਂ ਵੀ ਅਤੇ ਕੰਮ ਕਰਦਿਆਂ ਵੀ। ਸਾਰੇ ਕੰਮਾਂ ਵਾਸਤੇ ਕਿਸੇ ਨੂੰ ਵੀ ਵਕਤ ਨਹੀਂ ਮਿਲਦਾ, ਪਰ ਜੋ ਕੰਮ ਜ਼ਰੂਰੀ ਹੁੰਦਾ ਹੈ ਉਸ ਲਈ ਵਕਤ ਦੀ ਕਦੇ ਘਾਟ ਨਹੀਂ ਆਉਂਦੀ। ਵਿਹਲਿਆਂ ਕੋਲ ਕੁਝ ਵੀ ਮਹੱਤਵਪੂਰਨ ਕਰਨ ਲਈ ਸਮਾਂ ਹੀ ਨਹੀਂ ਹੁੰਦਾ, ਪਰ ਰੁੱਝਿਆਂ ਕੋਲ ਮਹੱਤਵਪੂਰਨ ਕੰਮਾਂ ਲਈ ਹੀ ਸਮਾਂ ਹੁੰਦਾ ਹੈ ਅਤੇ ਉਹ ਜੋ ਕਰਦੇ ਹਨ ਉਹ ਮਹੱਤਵਪੂਰਨ ਹੋ ਜਾਂਦਾ ਹੈ। ਔਖੇ ਕੰਮਾਂ ਦੇ ਨਤੀਜੇ ਹੁੰਦੇ ਸੁਖਾਵੇਂ ਹਨ, ਪਰ ਨਿਕਲਦੇ ਦੇਰ ਨਾਲ ਹਨ, ਜਦੋਂ ਕਿ ਸਧਾਰਨ ਅਤੇ ਸੌਖੇ ਕੰਮਾਂ ਦੇ ਨਤੀਜੇ ਨਿਕਲਦੇ ਹੀ ਨਹੀਂ, ਕੇਵਲ ਨਿਰਾਸ਼ ਕਰਨ ਵਾਲੇ ਸਿੱਟੇ ਹੀ ਉਪਜਦੇ ਹਨ। ਜਿਨ੍ਹਾਂ ਨੂੰ ਕੰਮ ਕਰਨ ਦੀ ਆਦਤ ਨਹੀਂ ਹੁੰਦੀ ਉਹਨਾਂ ਕੋਲ ਕਰਨ ਵਾਲਾ ਢੇਰ ਕੰਮ ਇਕੱਠਾ ਹੋਇਆ ਹੁੰਦਾ ਹੈ। ਜਦੋਂ ਕੰਮ ਦਾ ਬੋਝ ਬਹੁਤ ਹੋਵੇਗਾ ਤਾਂ ਗਲਤੀਆਂ ਸੁਭਾਵਿਕ ਹੀ ਵਧੇਰੇ ਹੋਣਗੀਆਂ ਅਤੇ ਕਈ ਕੰਮ ਦੁਬਾਰਾ ਕਰਨੇ ਪੈਣਗੇ ਅਤੇ ਬਹੁਤੇ ਕੰਮ ਅਧੂਰੇ ਰਹਿ ਜਾਣਗੇ। ਇਸ ਲਈ ਕਿਹਾ ਜਾਂਦਾ ਹੈ ਕਿ ਜ਼ਰੂਰੀ ਕੰਮ ਪਹਿਲਾਂ ਕਰੋ ਅਤੇ ਗੈਰ ਜ਼ਰੂਰੀ ਕੰਮ ਕਦੇ ਨਾ ਕਰੋ। ਖੇਤਰ ਕੋਈ ਹੋਵੇ, ਅਧੂਰੇ ਕੰਮ ਅਗਲੇਰੇ ਕੰਮਾਂ ਵਿੱਚ ਰੁਕਾਵਟ ਪਾਉਂਦੇ ਹਨ। ਨੀਵੀਂ ਕਾਰਜਕਾਰੀ ਅਤੇ ਅਧੂਰੇ ਕੰਮਾਂ ਨਾਲ ਟਾਲ ਮਟੋਲ ਦੀ ਆਦਤ ਪੈਦਾ ਹੁੰਦੀ ਹੈ। ਇਹੀ ਕਾਰਨ ਹੈ ਕਿ ਨਿਕੰਮੇ ਕਰਮਚਾਰੀ ਵਧੇਰੇ ਛੁੱਟੀਆਂ ਲੈਂਦੇ ਹਨ ਅਤੇ ਅਧੂਰੇ ਕੰਮਾਂ ਦੀ ਚਿੰਤਾ ਕਾਰਨ ਉਹ ਵਧੇਰੇ ਬਿਮਾਰ ਪੈਂਦੇ ਹਨ। ਸਫਲ ਵਿਅਕਤੀਆਂ ਦੀ ਸੋਚ ਭਵਿੱਖ ਮੁਖੀ ਹੁੰਦੀ ਹੈ। ਉਹ ਸਵੇਰੇ ਉੱਠਦੇ ਹਨ, ਉਹ ਹੋਰਾਂ ਦੇ ਜਾਗਣ ਤੋਂ ਪਹਿਲਾਂ 2 ਘੰਟੇ ਵਿੱਚ ਇਤਨਾ ਕੰਮ ਕਰ ਲੈਂਦੇ ਹਨ ਜਿਹੜਾ ਦਿਨ ਦੌਰਾਨ 6 ਘੰਟਿਆਂ ਵਿੱਚ ਵੀ ਕਰਨਾ ਸੰਭਵ ਨਹੀਂ ਹੁੰਦਾ। ਹਰ ਕਿਸੇ ਦੇ ਜੀਵਨ ਵਿੱਚ 3 ਪੱਖ ਮਹੱਤਵਪੂਰਨ ਹੁੰਦੇ ਹਨ। ਜੀਵਨ ਦੀਆਂ ਸੁੱਖ ਸਹੂਲਤਾਂ ਲਈ ਆਰਥਿਕ ਸਾਧਨ ਜੁਟਾਉਣੇ, ਪਰਿਵਾਰਕ ਜੀਵਨ ਨੂੰ ਸੁਖਾਲਾ ਬਣਾਉਣਾ ਅਤੇ ਸਿਹਤ ਪੱਖੋਂ ਤੰਦਰੁਸਤ ਰਹਿਣਾ। ਕੰਮ ਵਾਲੀ ਥਾਂ 'ਤੇ ਆਰਥਿਕ ਸਾਧਨ ਜੁਟਾਉਣ ਲਈ ਅਸੀਂ ਆਪਣੇ ਸਮੇਂ ਦਾ ਵੱਧ ਤੋਂ ਵੱਧ ਮੁੱਲ ਪਾਉਂਦੇ ਹਾਂ।
ਪਰਿਵਾਰ ਨਾਲ ਗੁਜ਼ਾਰੇ ਵਕਤ ਨਾਲ ਸਾਡੇ ਵਿੱਚ ਪਰਿਵਾਰ ਲਈ ਸੁੱਖ ਸਾਧਨ ਉਪਜਾਉਣ ਲਈ ਉਤਸ਼ਾਹ ਜਾਗਦਾ ਹੈ, ਜਿਸ ਨਾਲ ਕੰਮ ਕਰਨ ਦੀ ਸਾਡੀ ਸ਼ਕਤੀ ਵੱਧਦੀ ਹੈ। ਛੁੱਟੀਆਂ ਇਸੇ ਉਦੇਸ਼ ਅਧੀਨ ਹੁੰਦੀਆਂ ਹਨ ਤਾਂ ਕਿ ਇਹ ਸਮਾਂ ਪਰਿਵਾਰ ਨਾਲ ਬਿਤਾਇਆ ਜਾਵੇ। ਮਨੋਰੰਜਨ ਅਤੇ ਹੱਸਣਾ ਖੇਡਣਾ ਜ਼ਰੂਰੀ ਹੁੰਦਾ ਹੈ, ਜਸ਼ਨ ਮਨਾਉਣਾ ਚਾਹੀਦਾ ਹੈ, ਪਰ ਕੰਮ ਮੁਕਾਉਣ ਮਗਰੋਂ ਅਤੇ ਕੁਝ ਪ੍ਰਾਪਤ ਕਰਨ ਉਪਰੰਤ। ਸਫਲ ਵਿਅਕਤੀ ਕੰਮ ਅਤੇ ਪਰਿਵਾਰ ਵਿੱਚ ਸੰਤੁਲਨ ਉਸਾਰਦੇ ਹਨ। ਚੰਗੀ ਸਿਹਤ ਨਾਲ ਆਪਣੀ ਕਾਰਜਕਾਰੀ ਸੁਧਾਰਨ ਦੀ ਪ੍ਰੇਰਣਾ ਮਿਲਦੀ ਹੈ। ਕੰਮ ਵਾਲੀ ਥਾਂ ਸੁਖਾਵੀਂ ਹੋਣੀ ਚਾਹੀਦੀ ਹੈ ਤਾਂ ਕਿ ਕੰਮ ਕਰਨਾ ਚੰਗਾ ਲੱਗੇ। ਘਰ ਵਿੱਚ ਸੁੱਖ ਅਤੇ ਸਹੂਲਤਾਂ ਹੋਣੀਆਂ ਚਾਹੀਦੀਆਂ ਹਨ ਅਤੇ ਘਰ ਅਜਿਹਾ ਹੋਣਾ ਚਾਹੀਦਾ ਹੈ ਕਿ ਬਾਹਰੋਂ ਮੁੜਨ 'ਤੇ ਘਰ ਅੰਦਰ ਰਹਿਣਾ ਚੰਗਾ ਲੱਗੇ ਅਤੇ ਪੌਸ਼ਟਿਕ ਖੁਰਾਕ ਨਾਲ ਸਿਹਤ ਠੀਕ ਰਹੇ। ਜਿਸ ਕੰਮ ਵਿੱਚ ਕਿਸੇ ਦੀ ਕਾਰਜਕਾਰੀ ਚੰਗੀ ਹੁੰਦੀ ਹੈ ਅਤੇ ਆਮਦਨ ਵਾਜਬ ਹੁੰਦੀ ਹੈ, ਉਸ ਨੂੰ ਕਰਨ ਲਈ ਕਹਿਣਾ ਨਹੀਂ ਪੈਂਦਾ। ਅਜਿਹੇ ਵਿਅਕਤੀ ਨਿਗਰਾਨੀ ਤੋਂ ਬਿਨਾਂ ਕੰਮ ਕਰਦੇ ਹਨ ਅਤੇ ਪ੍ਰਯੋਗ ਕਰਨ ਦੀ ਮੌਜ ਮਾਣਦੇ ਹਨ। ਨਿਕੰਮਿਆਂ ਦੀ ਟਾਲ ਮਟੋਲ ਆਤਮ ਵਿਸ਼ਵਾਸ ਦੀ ਘਾਟ ਵਿੱਚੋਂ ਉਪਜਦੀ ਹੈ। ਗਿਆਨ ਅਤੇ ਯੋਗਤਾਵਾਂ, ਵਿਧੀਆਂ ਅਤੇ ਤਕਨੀਕਾਂ ਵੀ ਚੀਜ਼ਾਂ ਵਸਤਾਂ ਵਾਂਗ ਬਹੀਆਂ ਅਤੇ ਪੁਰਾਣੀਆਂ ਹੋ ਜਾਂਦੀਆਂ ਹਨ। ਇਹਨਾਂ ਨੂੰ ਨਵਿਆਉਣ ਅਤੇ ਸਮੇਂ ਦੇ ਹਾਣੀ ਬਣਾਉਣ ਲਈ ਨਿਰੰਤਰ ਯਤਨ ਕਰਨਾ ਪੈਂਦਾ ਹੈ। ਜਿਹੜਾ ਆਪਣੇ ਖੇਤਰ ਵਿੱਚ ਪਹਿਲੇ ਨਾਲੋਂ ਚੰਗੇਰਾ ਬਣਨਾ ਬੰਦ ਕਰ ਦਿੰਦਾ ਹੈ, ਉਹ ਮਾੜਾ ਬਣਨ ਲੱਗ ਪੈਂਦਾ ਹੈ। ਜਿਹੜਾ ਹੋਰਾਂ ਤੋਂ ਅੱਗੇ ਰਹਿਣਾ ਬੰਦ ਕਰ ਦਿੰਦਾ ਹੈ, ਉਹ ਪਛੜਨ ਲੱਗ ਪੈਂਦਾ ਹੈ। ਤਾਂ ਦੋਸਤੋ, ਟੌਪਿਕ ਲੰਬਾ ਹੋਣ ਕਰਕੇ ਇਹਨੂੰ ਆਪਾਂ ਇੱਥੇ ਖਤਮ ਕਰਦੇ ਹਾਂ। ਫਿਰ ਮਿਲਾਂਗੇ ਇਹਦੇ ਦੂਜੇ ਭਾਗ ਦੇ ਨਾਲ। ਧੰਨਵਾਦ।